ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਕੇਰੇ ਹਰ ਦੇਹੁ ਨਾਮ ਨਿਰੰਜਨ ਰਾਜੇ ਸਭ ਤੁਮ ਸਹਾਇ ਦਸਾ ਸਰੂਪੇ ਗੁਰਦੇਵ ਰਾਜਮਾਨ ਸ਼ਬਰ ਤਖਤ ਦੇ ਮਾਲਿਕ ਆਇਰਾ ਹਜੂਰ ਸਰਬ ਕਲਾ ਕਪੂਰ ਸਾਹਿਬ ਕੁਮਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੀ ਮਹਿਮਾ ਕਹੀ ਨਾ ਜਾਏ ਸਭ ਤੁਮ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਹੈ ਧਰਤੀ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਕਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿ ਮਿੱਤਰ ਪਾਵਨ ਚਰਨ ਕੌਣਾ ਪਾਸ ਸਲੂ ਸੰਤ ਜੀ ਕੀ ਅਰਦਾਸ ਇਕੱਤਰ ਤਈਆਂ ਕਰਕੇ ਮਹਾਰਾਜ ਪਰਸੋਂ ਦੇ ਰੋਜ਼ ਤੋਂ ਆਪਦੇ ਮੁਬਾਰਕ ਚਰਨ ਆਪਣੇ ਗ੍ਰਹਿ ਪੁਆ ਕਰਕੇ ਆਈ ਪਿੱਤਰ ਗੁਰਬਾਣੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਮਹਾਰਾਜ ਇਸ ਵੇਲੇ ਮਹਾਰਾਜ ਦੀ ਮਹਾਨ ਕਿਰਪਾ ਹੋਈ ਮਹਾਰਾਜ ਗੁਰਬਾਣੀਆਂ ਦੇ ਸੰਪੂਰਨ ਭੋਗ ਪਾਏ ਗਏ ਮਹਾਰਾਜ ਗ੍ਰੰਥ ਸਿੰਘਾਂ ਕੋਲੋਂ ਗੁਰਬਾਣੀ ਗਾਇਨ ਕਰਦੇ ਹਾਂ ਸਰੋਤਿਆਂ ਕੋਲੋਂ ਬਾਣੀ ਸ਼ਰਵਣ ਕਰਦੇ ਹਾਂ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ ਹਾਜ਼ਰੀ ਭਰਦੇ ਹਾਂ ਸੇਵਾ ਕਰਦੇ ਹਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਵਾਹਿਗੁਰੂ ਅੱਗੇ ਵੱਧ ਉਸਮਤ ਪੁੱਛੋ ਮਾਰ ਕਿਰਪਾ ਗੁਰੂ ਮਹਾਰਾਜ ਪੜ੍ਹੀ ਸੁਣੀ ਬਾਣੀ ਸਾਚਖੰਡ ਵਿਖੇ ਪ੍ਰਵਾਨ ਗੁਰੂ ਬਾਣੀ ਦਾ ਭਾਵ ਆਈਆਂ ਸਰਬਾ ਸੰਗਤਾਂ ਵਿਛੜੇ ਹੋਏ ਰੂਹ ਨੂੰ ਮਹਾਰਾਜ ਗੁਰਬਾਣੀ ਦੇ ਪੜ੍ਹੀ ਸੁਣੀ ਗੁਰਬਾਣੀ ਦਾ ਫਲ ਬਖਸ਼ਣ ਸਥਿਤ ਪਾਤਸ਼ਾਹ ਮਾਰ ਕਿਰਪਾ ਕਰਨੀ ਮਾਤਾ ਸਰਜੀਤ ਕੌਰ ਕੋਲੋਂ ਮਹਾਰਾਜ ਸੰਸਾਰ ਦੇ ਵਿਚਰਦਿਆਂ ਹੋਏ ਹਾਂ ਅਰਜਾਨ ਪੁਣੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨਾ ਚਿਤਾਰਦਿਆਂ ਹੋਏ ਹਾਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਾਰ ਕਿਰਪਾ ਕਰਨੀ ਮਾਰ ਕਿਰਪਾ ਕਰਕੇ ਪਰਿਵਾਰ ਵੱਲੋਂ ਪਾਵਣ ਹਜ਼ੂਰੀ ਅੰਦਰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਗੁਰੂ ਕਾ ਲੰਗਰ ਸੱਜ ਕੇ ਹਾਜ਼ਰ ਕਿਰਪਾ ਕਰੋ ਆਪ ਜੀ ਕੋ ਭੋਗ ਲੱਗਾ ਭੋਗ ਲੱਗਾ ਸੀ ਪ੍ਰਸ਼ਾਦ ਗੁਰੂ ਕਾ ਲੰਗਰ ਸਭਾ ਸੰਗਤ ਤੋਂ ਵਰਤੇ ਜੋ ਜੀ ਸ਼ਕਾ ਸੁਆਵਿਆ ਪਤਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰਨੀ ਮਹਾਰਾਜ ਸੇਵ ਪਰਿਵਾਰ ਦੇ ਸਿਰ ਤੇ ਮਿਹਰ ਵਰਤ ਰੱਖ ਕੇ ਮਹਾਰਾਜ ਸੇਵ ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਸੁਖਾਂ ਦੇ ਨਾਲ ਬਤੀਤ ਕਰਵਾਉਣਾ ਪਰਿਵਾਰ ਪ੍ਰੇਮ ਪਿਆਰ ਇਕਾ ਪਾਕ ਪਾਈ ਰੱਖਣਾ ਦੇਸ਼ਾਂ ਦੇ ਸਥਾਈ ਹੋਣ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਮਹਾਰਾਜ ਸੰਗਤਾਂ ਨੇ ਦਾਤੇ ਹਾਜ਼ਰੀ ਭਰੇ ਸਰਬਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰੋ ਦੁਰੋ ਕਰੋ ਸਰਬਾ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਸ਼ੁਭ ਭਾਵਨਾ ਪੂਰੀਆਂ ਕਰੋ ਕਿਰਪਾ ਕਰੋ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਜੋ ਜੀਤ ਰਾਤੇ ਆਵੈ ਸੋ ਰਾਜ ਪਸੰਦ ਆਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੂਰੈ ਕਿਰਪਾ ਤਾਰੇ ਕਪੂਰੇ ਲੋਚ ਹਮਾਰੇ ਤਾਰ ਇਸ਼ਨਾਨ ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਜਿਸ ਤਰੀਆ ਉਠਤ ਬੈਠਤ ਹਰ ਹਰ ਧਿਆਈਆ ਅਣਦਿਨ ਸੁਕ੍ਰਿਤ ਕਰੀਆ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੇ ਪਾਏ ਕੋਟ ਹਾਰੇ ਕਰਨੀ ਚਲਾਏ ਕਰੋ ਸਦਾ ਪ੍ਰਭ ਆਪਣੇ ਦਿਲ ਪੂਰੀ ਗੱਲ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਕਾਮ ਕ੍ਰੋਧ ਮੋਹ ਬਸ
प्राणी हर मूरत बिसराई हर मूरत बिसराई झूठा तन साचा कर मान्यो झूठा तन साचा कर मान्यो जो सुपना लगत न पारे नार ए साची जीतार ए साची जीतार ए साची जीतार ए साची जीतार वाहे ਸੁਆਉ ਇੱਕ ਪੰਜ ਸੱਤ ਮਿੰਟ ਦਾ ਸ਼ਬਦ ਹੋਰ ਉਸ ਦੇ ਬਾਅਦ ਅਨੰਦ ਸਾਹਿਬ ਜੀ ਦਾ ਪਾਠ ਕੀਰਤਨ ਦੀ ਸਮਾਪਤੀ ਹੈ ਕਬੀਰ ਇੱਕ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਪੁਰਤਾ ਪਾਇਆ ਸਹਿਜ ਸਿੱਧੀ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂਗਲ ਸੰਗਰਤ ਸੁਆਮੀ ਸੋ ਜੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਰੇ ਪਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰੇ ਸਭ ਕੁਛ ਹੈ ਸਦਾ ਸਿੱਖ ਸਦਾ ਚੰਗਿਆਂ ਬੁਰਿਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਨਿਰਖ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਨੂੰ ਸਖਤ ਪਾ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੇ ਨਾ ਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸਵਾਰ ਸ੍ਰੀ ਭਗਵਤੀ ਜੀ ਕੀ ਤਾਤ ਸਿੰਘ ਨਾਮ ਸਿੰਘ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਪਿੱਛੇ ਸਬਕ ਜਾਏ ਅਤੇ ਬਹਾਰ ਸਿਮਰੀਏ ਕਰਨਾ ਲਿਖ ਆਵੈ ਧਾਏ ਸਭ ਜੀ ਸਹਾਏ ਦਸਵੇਂ ਪਾਤਸ਼ਾਹ ਅਰਜੀ ਕਰ ਪਿਤਾ ਨੰਦੇ ਦਾ ਪਿਓ ਗੁਰੂ ਆਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਗਾਮੀ ਸਭ ਸਾਈ ਸਹਾਇ ਦਸਾਜੀ ਸਤੂਤ ਗੁਰਜਿੰਦ ਬ੍ਰਹਿਮਾਨ ਚਵਰ ਤਖਤ ਦੇ ਮਾਲਕ ਮਾਇਰਾ ਹਜੂਰ ਸਰਬ ਕਲਾ ਭਰਪੂਰ ਸਭੀ ਦੁਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੈਜ ਰੱਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਬੁਲਾਵੇ ਸੁਝਾਨ ਹੋ ਜਾਵੇ ਸਤਿ ਸ੍ਰੀ ਅਕਾਲ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭਾਸ ਜੀਓ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨ ਕੇਰੇ ਹਰ ਦੇਹੋ ਨਾਮ ਨਿਰੰਜਨਾ
ਹਰ ਤਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣੋ ਤੁਮ ਪੁੱਤ ਭਾਈਓ ਮੇਰਾ ਹਰ ਪਾਣਾ ਆਓ ਮੈਂ ਪਾਸ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਏ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਪਾਏ ਪਰਿਵਾਰ ਮੇਰਾ ਮਨ ਵੇਖੋ ਕਰਨ ਰਜਾਸ ਜੀਓ ਤੁਰ ਲਿਖਿਆ ਪਰਵਾਣਾ ਕਰੇ ਨਾਹੀ ਗੁਰ ਪਰਿਵਾਰ ਸਦਾਇਆ ਮਤ ਮੈਂ ਪਿਛੈ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਵਿਕਸੈ ਜਿਸ ਮਿਤ ਕੇ ਪੈਜ ਭਾਵ ਆਏ ਤੁਸੀਂ ਵੀ ਚਾਰ ਦੇਖੋ ਪੁੱਤਾ ਪੜੀਐ ਹਰ ਨਾਮ ਸੁਣੀਐ ਵਿਦਾਨ ਹਰ ਰੰਗ ਗੁਰ ਪਾਵਾਏ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵਾਏ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ ਰਾਮਦਾਸ ਸੁਢੀ ਜਿੰਦ ਦੀਆ ਸਤਿਗੁਰੂ ਕੇਰੇ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੇ ਫਿਰ ਸਤਿਗੁਰ ਆਨ ਨਿਵਾਇਆ ਹਰ ਗੁਰ ਹੈ ਪਾਣਾ ਦੀ ਵਡਿਆਏ ਤੁਰ ਲਿਖਿਆ ਲੇਖ ਰਜਾਏ ਜੀਓ ਜਗਤ ਪੈਰੀ ਪਾਏ ਜੀਓ ਹਰ ਗੁਰ ਹੈ ਪਾਣਾ ਦੀ ਵਡਿਆਏ ਤੁਰ ਲਿਖਿਆ ਲੇਖ ਰਜਾਏ ਕਹਿ ਸੁੰਦਰ ਸੁਣੋ ਸੰਤੋ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫੇਰ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉ
ਨੇ ਆਸਰਿਆਂ ਦੇ ਆਸਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਈ ਮਿੱਤਰ ਪਾਵਨ ਚਰਨ ਕੌਲਾ ਪਾਸ ਸਮੂਹ ਸੰਤ ਜੀ ਕੀ ਅਰਦਾਸ ਬੇਨਤੀ ਜੋੜੀ ਦਾ ਪ੍ਰਵਾਨ ਕਰਨੀ ਮਹਾਰਾਜ। ਆਓ ਜੀ ਦੀ ਪਾਵਨ ਗੁਰਬਾਣੀ ਦਾ ਪ੍ਰਮਾਣ, ਜਿਹਾ ਚੀਰ ਲਿਖਿਆ ਤਿਹਾ ਹੁਕਮ ਕਮਾਹੇ, ਇਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਹੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਏ ਦੇ ਮਹਾਂਸਰ ਮਹਾਰਾਜ। ਆਵ ਦਰਗਰ ਦੇ ਸੇਵਾਦਾਰ ਮਾਤਾ ਸਰਬਜੀਤ ਕੌਰ ਮਹਾਰਾਜ, ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਰ ਪੂੰਜੀ ਨੂੰ ਭੁਗਦੇ ਹਾਂ ਮਹਾਰਾਜ। ਆਏ ਸੱਦੇ ਦੇ ਮਹਾਰਾਜ ਪਿਛਲੇ ਦਿਨ ਅਕਾਲ ਚਲਾਣਾ ਕਰਕੇ ਉਹਨਾਂ ਨਿਮਿਤ ਆਤਮਿਕ ਸ਼ਾਂਤੀ ਵਾਸਤੇ, ਰੂਹ ਦੀ ਕਲਿਆਣਤਾ ਵਾਸਤੇ ਮਹਾਰਾਜ ਸਾਰੇ ਪਰਿਵਾਰ ਵੱਲੋਂ ਇਕੱਤਰ ਤਈਆਂ ਕਰਕੇ ਮਹਾਰਾਜ ਪਰਸੋਂ ਦੇ ਰੋਜ਼ ਤੋਂ ਆਪ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਪੁਆ ਕਰਕੇ ਆਏ ਪਿੱਤਰ ਗੁਰਬਾਣੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਮਹਾਰਾਜ। ਇਸ ਵੇਲੇ ਮਹਾਰਾਜ ਦੀ ਮਹਾਨ ਕਿਰਪਾ ਹੋਈ, ਮਹਾਰਾਜ ਗੁਰਬਾਣੀਆਂ ਦੇ ਸੰਪੂਰਨ ਭੋਗ ਪਾਏ ਗਏ ਮਹਾਰਾਜ। ਗ੍ਰੰਥ ਸਿੰਘਾਂ ਕੋਲੋਂ ਗੁਰਬਾਣੀ ਗਾਇਣ ਕਰਦੇ ਹਾਂ, ਸਰੋਤਿਆਂ ਕੋਲੋਂ ਬਾਣੀ ਸਰਵਣ ਕਰਦੇ ਹਾਂ, ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ, ਹਾਜ਼ਰੀ ਭਰਦੇ ਹਾਂ, ਸੇਵਾ ਕਰਦੇ ਹਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਵਾਹਿਗੁਰੂ ਅੱਗੇ ਵੱਧ ਸਮਤ ਪੁੱਛੋ ਮਾਰ ਕਿਰਪਾ ਕਰੋ ਮਹਾਰਾਜ। ਪੜ੍ਹੀ ਸੁਣੀ ਬਾਣੀ ਸਾਜਖੰਡ ਵਿਖੇ ਪ੍ਰਵਾਨ ਕਰੋ ਬਾਣੀ ਦਾ ਭਾਵ, ਆਈਆਂ ਸਰਬਾ ਸੰਗਤਾਂ ਵਿਛੜੇ ਹੋਏ ਰੂਹ ਨੂੰ ਮਹਾਰਾਜ ਗੁਰਬਾਣੀ ਦੇ ਪੜ੍ਹੀ ਸੁਣੀ ਗੁਰਬਾਣੀ ਦਾ ਫਲ ਬਖਸ਼ਣ ਸੱਚੇ ਪਾਤਸ਼ਾਹ ਮਾਰ ਕਿਰਪਾ ਕਰਨੀ। ਮਾਤਾ ਸਰਬਜੀਤ ਕੌਰ ਕੋਲੋਂ ਮਹਾਰਾਜ ਸੰਸਾਰ ਦੇ ਵਿਚਰਦਿਆਂ ਹੋਏ ਹਾਂ, ਅਰਜਾਨ ਪੁਣੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਨਾ ਚਿਤਾਰਦਿਆਂ ਹੋਏ ਹਾਂ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਾਰ ਕਿਰਪਾ ਕਰਨੀ। ਮਾਰ ਕਿਰਪਾ ਕਰਕੇ ਟੇਡੀਆਂ ਮੇਡੀਆਂ ਜੂਨਾਂ ਤੋਂ ਬਚਾ ਕੇ ਸੱਚੇ ਪਾਤਸ਼ਾਹ ਰੱਖਣਾ ਕਿਰਪਾ ਕਰਨੀ। ਆਉਣ ਵਾਲਾ ਸਮਾਂ ਸਿੱਖ ਪਰਿਵਾਰ ਦਾ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਵਾਉਣਾ, ਹਰ ਪ੍ਰਕਾਸ਼ ਆਨੰਦ ਮੰਗਲ ਜਾਂ ਜੈਕਾਰ ਖੁਸ਼ੀਆਂ ਖੇੜੇ ਬਖਸ਼ਣੇ ਮਾਰ ਕਿਰਪਾ ਕਰਨੀ। ਸਿੱਖ ਪਰਿਵਾਰ ਦੇ ਸਿਰ 'ਤੇ ਮਿਹਰ ਬਰਤ ਰੱਖਣਾ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਨਾਮਦਾਨ ਦੀ ਦਾਤ ਬਖਸ਼ਣੀ, ਆਪਣੇ ਦੁਰੋਂ ਗੁਰੂ ਮਹਾਰਾਜ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਮਹਾਰਾਜ। ਮਹਾਰਾਜ ਵਿਛੜੇ ਹੋਏ ਰੂਹ ਦੇ ਨਿਮਿਤ ਮਹਾਰਾਜ ਸਿੱਖ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ ਮਹਾਰਾਜ ਮੰਜਾ, ਬਿਸਤਰ, ਵਸਤਰ, ਬਰਤਨ ਆਦਿਕ ਹਜ਼ਮ ਕਿਰਪਾ ਕਰਨੀ। ਸੇਵਕਾਂ ਵੱਲੋਂ ਕੀਤਾ ਹੋਇਆ ਦਾਨ ਪੁੰਨਦਾ ਫਲ ਵਿਛੜੇ ਹੋਏ ਰੂਹ ਨੂੰ ਬਖਸ਼ ਕੇ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਸੱਚੇ ਪਾਤਸ਼ਾਹ ਮਹਾਰਾਜ। ਮਰਨ ਮੁੱਕੇ ਸਿੱਖ ਪਰਿਵਾਰ ਵੱਲੋਂ ਮਹਾਰਾਜ ਭੁਗਦੇ ਖੁਸ਼ੀਆਂ ਦੇ ਮੌਕੇ 'ਤੇ ਅੱਜ ਸੋਹਣੇ ਪਛਾਕੇ ਹਾਜ਼ਰ ਕੀਤੇ ਕਿਰਪਾ ਕਰਨੀ। ਆਪ ਜੀ ਨੇ ਪਛਾਕੇ ਅੰਗੀਕਾਰ ਕਰਨੇ, ਸੇਵਕਾਂ ਲੋਕ ਭਰੋਈ ਪੜ੍ਹਦੇ ਕਜਨੇ ਮਹਾਰਾਜ, ਗ੍ਰੰਥ ਸਿੰਘਾਂ ਦੀ ਪ੍ਰਤੀਕਾ ਵਾਸਤੇ ਮਾਰ ਬੇਅੰਤ ਮਾਇਆ ਦੇ ਗੱਪੇ ਹਾਜ਼ਰ, ਇਹਨਾਂ ਖਜ਼ਾਨੇ 'ਚ ਮਾਇਆ ਹਾਜ਼ਰ, ਸੋ ਖਜ਼ਾਨੇ ਪਰਿਪੂਰਨ ਕਰਨੇ, ਅਕਾਲ ਕੰਟਕ ਦੂਰ ਕਰੇ ਸੱਚੇ ਪਾਤਸ਼ਾਹ ਮਹਾਰਾਜ। ਮਹਾਰਾਜ ਸਿੱਖ ਪਰਿਵਾਰ ਵੱਲੋਂ ਪਾਵਨ ਹਜ਼ੂਰੀ ਅੰਦਰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਸੱਚ ਕੇ ਹਾਜ਼ਰ, ਗੁਰੂ ਕਾ ਲੰਗਰ ਸੱਚ ਕੇ ਹਾਜ਼ਰ ਕਿਰਪਾ ਕਰੋ। ਆਪ ਜੀ ਕੋ ਭੋਗ ਲੱਗਾ, ਭੋਗ ਲੱਗਾ ਸੀ ਪ੍ਰਸ਼ਾਦ ਗੁਰੂ ਕਾ ਲੰਗਰ, ਸਭਾ ਸੰਗਤ ਕੋ ਵਰਤੇ ਜੋ ਜੀ ਸ਼ਕਾ, ਸੋ ਆਪ ਜੀ ਦਾ ਪਿਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰਨੀ ਮਹਾਰਾਜ। ਸਿੱਖ ਪਰਿਵਾਰ ਦੇ ਸਿਰ 'ਤੇ ਮਿਹਰ ਬਰਤ ਰੱਖ ਕੇ ਮਹਾਰਾਜ ਸਿੱਖ ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਵਾਉਣਾ, ਪਰਿਵਾਰ ਪ੍ਰੇਮ ਪਿਆਰ ਇਕਾ ਪਾਕ ਪਵਾਈ ਰੱਖਣਾ, ਦੇਸ਼ਾਂ ਵਿਦੇਸ਼ਾਂ ਸਥਾਈ ਹੋਣਾ ਸੱਚੇ ਪਾਤਸ਼ਾਹ ਮਹਾਰਾਜ। ਕਿਰਪਾ ਕਰੋ ਮਹਾਰਾਜ, ਸੰਗਤਾਂ ਨੇ ਦਾਤੇ ਹਾਜ਼ਰੀ ਭਰੇ, ਸਰਬਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰੋ, ਦੁਰੋ ਕਰੋ ਸਰਬਾ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ, ਸ਼ੁਭ ਭਾਵਨਾ ਪੂਰੀਆਂ ਕਰੋ। ਕਿਰਪਾ ਕਰੋ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਹੁਕਮਨਾਮੇ ਸੁਣਾ ਕੇ ਨਿਹਾਲ ਕਰੋ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਓ, ਜੋ ਜੀਤ ਰਾਤੇ ਆਵੈ ਸੋ ਰਾਜ ਪਸੰਦ ਆਵੈ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਕਬਲਾਵੇ, ਸੋਨਿਆਲ ਹੋ ਜਾਵੇ ਗੁਰਮਰਿਆ ਕਾਲ, ਚਿੱਟਿਆ ਬਾਜਾ ਵਾਲੇ ਸਤਿਗੁਰੂ ਰੱਖ ਲਿਓ ਪ੍ਰਤਵਾਣੇ ਜੀ, ਚਿੱਤੋ ਗੁਪਤੋ ਸ਼ਿੰਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕਪੂਰੇ ਲੋਚ ਹਮਾਰੇ, ਗੁਰਪੂਰਾ ਕਿਰਪਾ ਤਾਰੇ, ਕਪੂਰੇ ਲੋਚ ਹਮਾਰੇ, ਤਾਰ ਇਸ਼ਨ
ਨਾਨ ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਜਿਸ ਤਰੀਆ ਉਠਤ ਬੈਠਤ ਹਰ ਹਰ ਧਿਆਈਆ ਅਣਦਿਨ ਸੁਕ੍ਰਿਤ ਕਰੀਆ ਰਹਾਉ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਟ ਭਾਗੇ ਪਾਏ ਕੋਟ ਜਨਮ ਕੇ ਕਿਲ ਵਿਕਨਾਸੇ ਹਾਰੇ ਕਰਨੀ ਚਤਲਾਏ ਉਸਤੰਤ ਕਰੋ ਸਦਾ ਪ੍ਰਭ ਆਪਣੇ ਦਿਲ ਪੂਰੀ ਗੱਲ ਰੱਖ ਰੜਾਇਆ ਕੋਈ ਪਾਪ ਇਹ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਿਘਨ ਬਿਨਾ ਸਾਧੋ ਰਚਨਾ ਰਾਮ ਰਚਨਾ ਰਾਮ ਬਣਾਈ ਸਾਧੋ ਰਚਨਾ ਰਾਮ ਬਣਾਈ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਜੋ ਸੁਪਨਾ ਰਹਿਣਾਈ ਸਾਧੋ ਰਚਨਾ ਰਾਮ ਬਣਾਈ ਸਾਧੋ ਰਚਨਾ ਰਾਮ ਬਣਾਈ ਇੱਕ ਦਿਨ ਸੈ ਇੱਕ ਅਸਥਿਰ ਮਾਨ ਇੱਕ ਬਿਨ ਸੈ ਇੱਕ ਅਸਥਿਰ ਮਾਨ ਅਚਰਜ ਲਖਿਓ ਨਾ ਜਾਈ ਅਚਰਜ ਲਖਿਓ ਨਾ ਜਾਈ ਸਾਧੋ ਰਚਨਾ ਰਾਮ ਬਣਾਈ ਸਾਧੋ ਰਚਨਾ ਰਾਮ ਬਣਾਈ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਹਰ ਮੂਰਤ
एक
ਸ਼ਬਦ ਬਿਨ ਸੈ ਇੱਕ ਅਸਥਿਰ ਮਾਨ ਅਚਰਜ ਲਖੇ ਹੋ ਨਾ ਜਾਈ ਅਚਰਜ ਲਖੇ ਹੋ ਨਾ ਜਾਈ ਸਾਧੋ ਰਚਨਾ ਰਾਮ ਬਨਾਈ ਸਾਧੋ ਰਚਨਾ ਰਾਮ ਬਨਾਈ ਰਚਨਾ ਰਾਮ ਬਨਾਈ ਰਚਨਾ ਰਾਮ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ ਜੈਸਾ ਨਾਰਾਇਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲਗੇ ਗਵਾਰ ਕਿਆ ਲਗੇ ਗਵਾਰ ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ ਜੈਸਾ ਸੁਪਨਾ ਰੈਣ ਕਾ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਪਰ ਪਾਰ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਪਰ ਜੈਸਾ ਸੁਪਨਾ ਰੈਣ ਕਾ
एक चाल है एक चाल से सब अपनी बार एक चाल है एक चाल से सब अपनी बार जैसा सुपना रैन का ऐसा संसार जैसा सुपना रैन का दृष्टमान सब बिनसिए क्या लगे दबार जैसा सुपना रैन का ऐसा संसार जैसा सुपना रैन का जैसा सपना रैन का तैसा संसार पावन पवित्र शब्द विच साहिब बख्शिश कर रहे हैं कि ऐ जीव एक अपना मन कागर करके मन चित करके एक गल सुना कर केड़ी के इस संसार ते बड़े बड़े औलिए पीर पैगंबर आए पर अंत नूं ओ इस फानी संसार नूं अलविदा कह के चले गए। सब कह रहे हन सुन मेरी मनसा मने माहे सत देख विचार ए सच जानना कर कि सिद्ध साधक गिर ही जोगी जिहड़े सिद्ध सी साधक सी साधना करते सी हजारां साल लखां साल जिन्हां ने अपनी आयु कर ली पर अंत नूं इह शरीर उन्हां नूं छड्डना पिया। इस करके साहिब कहे हन सिद्ध साधक गिर ही जोगी तज गए घर बार जिस तरह बच्चे दरिया के किनारे समुद्र के किनारे रेता ना खेडते हैं तो रेता के घर बना लेंदे हैं पर एक पानी की लहर उस रेता के घर से आ के गिर गई तो उस घर नूं ढह ढेरी कर दिंदी है। ऐ जीव पता नहीं केड़े वेले परमात्मा दी दरगाह दे विचों जद हुक्म आ गया तां तैनूं अपना शरीर छड्डना पैणा। साध संगत बोलो जी मृत मंडल जग साजिया ज्यों बालू घर बार एक रेता दी न्याई तेरा ए शरीर है बिन सत बार न लगई ज्यों कागद बुंदार जिस तरह एक बूंद पानी दी कागज दे डिग पवे ते कागज गल जांदा है इसे तरह ही ऐ जीव तेरा ए पंज भूतक शरीर है जो नित नित घट रहा है क्योंकि साहिब दा हुक्म है दिन ते पहर पहर ते घड़ियां आव घटै तन शीजे तेरा शरीर दिन करके घंटिया बदी मिनटा करके जीव घट रहा है
ਤੇ ਜੋ ਕਾਲ ਰੂਪੀ ਜਮ ਹੈ ਉਹ ਸ਼ਿਕਾਰੀ ਦੀ ਨਿਆਈ ਤੈਨੂੰ ਢੂੰਡ ਰਿਹਾ ਹੈ। ਜਿਸ ਵੇਲੇ ਵੀ ਦਰਗਾਹ ਦੇ ਵਿੱਚੋਂ ਹੁਕਮ ਆਇਆ ਉਸਨੇ ਆਪਣਾ ਬਾਣ ਮਾਰ ਕੇ ਤੈਨੂੰ ਡੱਸ ਲੈਣਾ ਹੈ। ਕਾਲ ਹਨੇਰੀ ਫਿਰੇ ਬਦਕ ਜਿਉਂ ਕਹੋ ਪਵਨ ਵਿਦ ਕੀ ਜੈ ਸੋ ਦਿਨ ਆਵਣ ਲਾਗਾ। ਇਸ ਕਰਕੇ ਸਾਹਿਬ ਕਰਨ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ ਐ ਜੀਵ ਆਪਣੀਆਂ ਅੱਖਾਂ ਨਾਲ ਤੱਕਣਾ ਕਰ ਤੇਰੇ ਰਿਸ਼ਤੇਦਾਰ ਸਾਕ ਸੰਬੰਧੀ ਤੇਰੇ ਮਾਤਾ ਪਿਤਾ ਤੇਰੀਆਂ ਅੱਖਾਂ ਦੇ ਸਾਹਮਣੇ ਜਾ ਰਹੇ ਹਨ। ਇੱਕ ਚਾਲ ਹੈ ਇੱਕ ਚਾਲ ਸਹਿ ਸਭ ਆਪਣੀ ਵਾਰ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਆਪਣੇ ਵਿੱਚ ਮਾਤਾ ਸਰਬਜੀਤ ਕੌਰ ਜੀ ਵਿਚਰ ਰਹੇ ਸਨ ਪਰ ਪਰਮਾਤਮਾ ਦਾ ਹੁਕਮ ਆਇਆ ਜਿਤਨੀ ਉਹਨਾਂ ਨੂੰ ਸਵਾਸਾਂ ਰੂਪੀ ਪੂੰਜੀ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਭੋਗ ਕੇ ਗੁਰੂ ਚਰਨਾਂ ਵਿੱਚ ਜਾਪ ਰਾਜੇ ਹਨ। ਪਿੱਛੋਂ ਪਰਿਵਾਰ ਨੇ ਉਹਨਾਂ ਦੀ ਰੂਹ ਕਲਿਆਣਤਾ ਵਾਸਤੇ ਸਾਕ ਸੰਬੰਧੀਆਂ ਨੇ ਸਤਿਗੁਰੂ ਜੀ ਦਾ ਓਟ ਆਸਰਾ ਤੱਕਣਾ ਕੀਤਾ ਹੈ। ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰਵਿਘਨ ਸੰਪੂਰਨ ਭੋਗ ਪਏ ਹਨ। ਉਪਰੰਤ ਜਿਸ ਤਰ੍ਹਾਂ ਸਤਿਗੁਰ ਦਾ ਹੁਕਮ ਹੈ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਖੁੱਲ੍ਹੇ ਪੰਡਾਲ ਸਜੇ ਹਨ ਸਾਹਿਬਾਂ ਵੱਲੋਂ ਬਖਸ਼ਿਸ਼ ਹੋਈ ਇਲਾਹੀ ਬਾਣੀ ਵੈਰਾਗਮਈ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਨ। ਅੰਤਲੀਆਂ ਪੰਕਤੀਆਂ ਵਿੱਚ ਸਾਹਿਬ ਕਹਿ ਰਹੇ ਹਨ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ। ਭਾਈ ਜਿਸਨੇ ਜਪਣਾ ਕੀਤਾ ਹੈ ਉਸ ਸਾਹਿਬ ਨੂੰ ਉਸਦਾ ਇਸ ਸੰਸਾਰ ਦੇ ਮੁੱਖ ਦੇ ਉਜਲੇ ਹੀ ਹਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਮੁੱਖ ਉਜਲਿਆ ਹੋਵੇਗਾ। ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦੁਆਰ ਕਿਉਂਕਿ ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰਗੇ ਆਏ ਕੰਮ। ਕਿਉਂਕਿ ਜੇਕਰ ਸੰਸਾਰ ਤੇ ਰਹਿ ਕੇ ਤੂੰ ਭਈ ਪੁੰਨ ਕਰੇਗਾ ਸੇਵਾ ਸਿਮਰਨ ਕਰੇਗਾ ਤਾਂ ਉਸਦਾ ਫਲ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੈ ਤੇ ਜੇਕਰ ਤੂੰ ਬੇਈਮਾਨੀਆਂ ਕਰਕੇ ਧੋਖਾ ਧੰਨੀਆਂ ਕਰਕੇ ਇਹ ਜੀਵਨ ਬਰਬਾਦ ਕਰ ਦੇਗਾ ਭਈ ਫਿਰ 84 ਲੱਖ ਵਾਲਾ ਜੂਨ 84 ਲੱਖ ਵਾਲੀਆਂ ਜੂਨਾਂ ਤੇਰੇ ਵਾਸਤੇ ਤਿਆਰ ਹਨ। ਕਿਉਂਕਿ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਸੁਪਨਾ ਰਹਿਣ ਦਾ ਐਸਾ ਸੰਸਾਰ ਜੈਸਾ ਸੁਪਨਾ ਰਹਿਣ ਦਾ ਐਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਏ ਮਾਨ ਸਭ ਬਿਨਸੀਐ ਕਿਆ ਲੱਗੇ ਦਵਾਰ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਜੈਸਾ ਸੁਪਨਾ ਰਹਿਣ ਕਾ ਸਾਚੀ ਜੀਤ
तार ए साची जीता सदल जगत है जैसे सुपना सदल जगत है जैसे सुपना बिन सत लगत न पार बिन सत लगत न पार कछ बिगड़े नाहिं पज ले नाम मुरार पज ले नाम मुरार अजू समझ कछ बिगड़े नाहिं पज ले नाम मुरार पज ले जीता रे नार ए साची जीता ए साची जीता सकल जगत है जैसे सुपना सकल जगत है जेबा बचन सुध नहीं निकसे तबर धर्म की आस करे पुकार रे नार ए साची जीतार ए साची जीतार रे नार
ए साची जीता सगल जगत है जैसे सपना सगल जगत है जैसे सपना बिन सत लगत न पार रे नार ए साची जीता ए साची जीता ए साची जीता ए साची जीता वाहे गुरु जी सुवाओ एक पांच सात मिनट का शब्द होर उस दे बाद आनंद साहिब जी का पाठ कीर्तन की समाप्ति है। कबीर एक घड़ी बख्श बंदे को बख्श बंदे को अब की बात बख्श बंदे को बख्श बंदे को बहर ना पौजल फेरा बहर ना पौजल फेरा अब की बार बख्श बंदे को बख्श बंदे देही दावा जियो तर में तो बसे पंच किरसाना नैनो न करू श्रवनो रस पत इंद्री कहे आना माना बहर ना पौजल फेरा अब की बात बख्श बंदे को बख्श बंदे को अब की बात बख्श बंदे को बख्श बंदे को जानंत ओंकार सुप्रसाद
आनंद पया मेरी माए सतगुरु मैं पाया सतगुरु ता पाया सहज सिद्धि राग रतन परवार परिया शब्द का बनया कह नानक आनंद होआ सतगुरु मैं पाया ए मन मेरे तू सदा रहो हर नाले हर नाल रहो तो मन मेरे दुख सब सारना अंगीकारो करे तेरा कार्य सब सवारना सब नागल समरत स्वामी सो जो मनो सारे कह नानक मन मेरे सदा रहो हर नाले साचे सारे पा क्या नहीं करते रे करता तेरे सब कुछ है सदा सिद्ध सला तेरे नाम मन बसावे नाम जिनकै मन बसया शब्द कनेरे कह नानक सच्चे साहिब क्या नहीं करते रे साचा नाम मेरा साच नाम मेरा आधार मेरा जिन तो संतो शब्द करो वंटक मारिया पाया नाम हर कह नानक तैस पोवत कर अनहद बाज अनद सुनो बट पागियो सकल मनो पार ब्रह्म पाया उतरे सकल विसो दुख रोग संतावे तरे सुनी सच्ची बाणी संत साधन पए सरसे पूरे गुरते दाणी सुनते सकल चंगे आया बुरे आया बाचे धर्म दूर करमी आपो अपनी के दूर जिनी नाम ते आया गए सकत का नानक दे मुख उजले केती छुटे ना तन तन साहिब श्री गुरु ग्रंथ साहिब महाराज की हाजरी भरते हुए गुरु करके करीमी कीर्तन भेटा मैं अरदास करा रहे हैं सतगुरु जी उन्हां दे नाम आप जानते हैं उस विछड़ी हुई आत्मा माता सरजीत कौर जी अपने चरणों में नमास बख्शन पिछे परिवार को भाणा मिलण का बल बख्शन अगे वास्ते परिवार में सुख शांति के पहरे बख्शिश करके निहाल कर इलाही बाणी का हर जस कीर्तन करद्या होया व्यक्त प्रकार दियां गलतियां भुलां हो गईयां होणगीयां गुरु रूप गुरु प्यारी सात संगत के गुरु साहब जी बख्शन योग हैं बख्श लेना जी आओ प्यार सत्कार नाल फतेह बुलाइए वाहिगुरु जी का खालसा वाहिगुरु जी की फतेह नाम श्री वाहिगुरु सतनाम श्री वाहिगुरु अरदास एक ओंकार वाहिगुरु जी की फतेह सुख भौतिक सहाय ਸਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਗੁਰਾਨਕ ਲੈ ਕੇ ਆਏ ਫਿਰ ਅੰਦਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਪਿੱਛੇ ਸਬਕ ਜਾਏ ਅਤੇ ਤੁਹਾਰ ਸਿਮਰੀਏ ਕਰਨਾ ਲਿਖ ਆਵੈ ਧਾਏ ਸਭ ਜੀ ਸਹਾਏ ਦਸਵੇਂ ਪਾਤਸ਼ਾਹ ਅਰਜੀ ਕਰ ਪਿਤਾ ਅੰਮ੍ਰਿਤੇ ਦਾਤੇ ਗੁਰੂ ਆਂਦੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਜਾਨੀ ਸਭ ਸੰਗੀ ਸਹਾਏ ਦਸਾਂ ਹਾਜੀ ਸਤੂਤ ਗੁਰੂ ਨਿਗਰਾਏ ਮਾਨ ਚਵਰ ਤਖਤ ਗੁਰਦੇ ਮਾਲਕ ਹਾਰਾ ਹਜ਼ੂਰ ਸਰਬ ਕਲਾ ਭਰਪੂਰ ਸਭੀ ਦੁਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦਿ ਦੀ ਮਹਿਮਾ ਕਹੀ ਨਾ ਜਾਏ ਸਭ ਸੰਗੀ ਸਹਾਏ ਸਤਿ ਅਕਾਲ ਪੁਰਖ ਜੀ ਦਾ ਧਿਆਨ ਧਰਤੀ ਖਾਲਸਾ ਜੀ ਗੁਰੂ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਸਾਹਿਬ ਜੀ ਨੇ ਵਾਜੀ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਜੀ ਸਾਹਿਬ ਜੀ ਆਰਤੀ ਜੀ ਸਾਹਿਬ ਗੋਰਾਵਾਤੀ ਜੀ ਸਾਹਿਬ ਗੋਰ ਦਾਤਾ ਫਤਿਹ ਸਿੰਘ ਜੀ ਪੰਜੋ ਪਿਆਰਿਓ ਚਾਲੀ ਮੁਕਤੀ ਸ਼੍ਰੀ ਗੋਮਰੀ ਜੋ ਪਿਆਰਿਓ ਪਿਆਰੀ ਮਾਤਾ ਸਾਹਿਬ ਜੀ ਆ ਜੀ ਸਾਹਿਬ ਸੰਗੀ ਸਹਾਏ ਸਤਿ ਸ਼੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰਤੀ ਖਾਲਸਾ ਜੀ ਗੁਰੂ ਜੀ ਸ੍ਰੀ ਵਾਹਿਗੁਰੂ ਜੀ ਪੰਜਾਂ ਤਖਤਾਂ ਪ੍ਰਭਤ ਗੁਰਦੁਆਰਿਆਂ ਗੁਰਤੀਰਥਾਂ ਗੁਰਧਾਮਾਂ ਗੁਰਨਿਸ਼ਾਨਾਂ ਦੇ ਦਰਸ਼ੀ ਦੁਦਾਰੀਆਂ ਦਾ ਧਿਆਨ ਧਰਤੀ ਖਾਲਸਾ ਜੀ ਗੁਰੂ ਜੀ ਸ੍ਰੀ ਵਾਹਿਗੁਰੂ ਜੀ ਸੁਖਮੈ ਸਮੂਹ ਖਾਲਸਾ ਜੀ ਕਰਦਾਸ ਸਮੂਹ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਸਤਿਆਵੈ ਸਤਿਆਵਨ ਤਖਤ ਦਾ ਪ੍ਰਭੁਤ ਹੋਏ ਜਹਾਂ ਜਹਾਂ ਗੁਰੂ ਪਾਤਸ਼ਾਹ ਵਾਹਿਗੁਰੂ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਕੀ ਫਤਿਹ ਗੁਰ ਕੀ ਕਾਜ ਪੰਥ ਕੀ ਜੀਤ ਸ੍ਰੀ ਸਭ ਸਹਾਇ ਗੁਰੂ ਪਾਤਸ਼ਾਹ ਜੀ ਕੇ ਗੁਲ ਪਾਲੇ ਬੋਲੋ ਜੀ
ਸ੍ਰੀ ਵਾਹਿਗੁਰੂ ਜੀ। ਆਈ ਸਿੱਖਾਂ ਦਾ ਮਨ ਨਿਵਾ ਮਤ ਉੱਤੇ ਬੋਦਾਨ ਭਰੋਸਾ ਦਾ ਦਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ ਇਸ਼ਨਾਨ ਚੌਂਕੀਆਂ ਚੰਗੇ ਡੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੁਰੂ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਹੇ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਲ ਯੋਗਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਈ ਪੁੱਤਰ ਪਾਵਨ ਖਾਸ ਸਮੂਹ ਸੰਗਤ ਜੀ ਅਰਦਾਸ ਬੇਨਤੀ ਪੂਰੀ ਕਰ ਭਗਵਾਨ ਕਵੀ ਮਹਾਰਾਜ ਆਈ ਪਾਵਨ ਗੁਰਬਾਣੀ ਦਾ ਪ੍ਰਮਾਣ ਰੰਗ ਨਕਮ ਤਸਵੀਰ ਵਾਰੀ ਆਪੋ ਆਪਣੇ ਕੋਈ ਨਾ ਪੰਜਾਬ ਤਸਵੀਰ ਦੇ ਹੱਥੀ ਨੇ ਦਿੱਤੀ ਆ ਕੇ ਅੰਮ੍ਰਿਤ ਸਮਾਹੀ ਕੰਡੇ ਪਾਵਾ ਨਾਲ ਕਰ ਮਹਾਰਾਜ ਦਰਕਾ ਦੇ ਸੇਵਾਦਾਰ ਮਾਤਾ ਸੰਜੀਤ ਕੌਰ ਮਹਾਰਾਜ ਆਪ ਜੀ ਵੱਲੋਂ ਬੱਕਰੀ ਸਾਧਨਾਂ ਨੂੰ ਪੂਜੀ ਇਕੱਠ ਕਰਦੇ ਮਹਾਰਾਜ ਪਿਛਲੇ ਦਿਨੇ ਆਏ ਸਤਿ ਜੀ ਅਕਾਲ ਚਲਾਉਣਾ ਕਰਦੇ ਮਾਰਨ ਮੇਰੇ ਸਾਰੇ ਪਰਿਵਾਰ ਵਾਲੇ ਇਕੱਤਰ ਪਈਆਂ ਕਰਦੇ ਮਹਾਰਾਜ ਆਪ ਜੀ ਨੂੰ ਬਖਸ਼ੇ ਗ੍ਰਹਿ ਰੱਖੇ ਅੱਜ ਪਾਵਨ ਤੋਂ ਲਿਆ ਕਰਦੇ ਮਹਾਰਾਜ ਪਵਿੱਤਰ ਗੁਰਬਾਣੀਆਂ ਦੇ ਸ੍ਰੀ ਅਖੰਡ ਪਾਠ ਕਰਵਾਏ ਗਏ ਮਹਾਰਾਜ ਭੋਗਾਂ ਤੋਂ ਪ੍ਰਤ ਬਾਰ ਖੁੱਲ੍ਹੇ ਪੰਡਾਲਾਂ ਦੇ ਜਵਾਨ ਸੱਜੇ ਸੱਜੇ ਜਵਾਨਾਂ ਅੰਦਰ ਮਹਾਰਾਜ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਦੇ ਆਏ ਸਰਬ ਸੰਤਾਂ ਸ੍ਰੀ ਗੁਰੂ ਮਹਾਰਾਜ ਪਾਲ ਬਖਸ਼ਣਾ ਸਿੰਘ ਪਾਦਰ ਕਿਰਪਾ ਕਰਨੀ ਮਾਤਾ ਸੰਜੀਤ ਕੌਰ ਕੋਲ ਮਹਾਰਾਜ ਸੰਸਾਰ ਵਿੱਚ ਵਿਚਰਦਿਆਂ ਹੋਏ ਆ ਅਣਜਾਣ ਪੁਣੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਲਾਂ ਨਾ ਸੁਧਾਰਦਿਆਂ ਹੋਏ ਆ ਆਪਣੇ ਚਰਨਾਂ ਵਿੱਚ ਸ੍ਰੀ ਨਿਵਾਸ ਬਖਸ਼ੀ ਨਾ ਪਿਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਤੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮਹਾਰਾਜ ਕਿਰਪਾ ਕਰਨ ਸਿੱਖ ਪਰਿਵਾਰ ਦੇ ਸੱਤੇ ਵੀ ਪ੍ਰਭੂਤਾ ਮਹਾਰਾਜ ਸਿੱਖ ਪਰਿਵਾਰ ਨੂੰ ਆਪਣੇ ਦਰੋ ਦਰੋ ਗੁਰਸਿੱਖੀ ਦੀ ਰਾਜ ਭਗਤੀ ਨੇ ਨਾਮ ਦੇਣ ਦਾਤਾ ਬਖਸ਼ਣਾ ਮਹਾਰਾਜ ਗੁਰਸਿੱਖੀ ਵਾਲਾ ਦਿਨ ਬਖਸ਼ਣਾ ਕਿਰਪਾ ਕਰੇ ਸਿੱਖ ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਸੁੱਖਾ ਦੇ ਨਾਲ ਬਤੀਤ ਕਰਵਾਉਣਾ ਹਰ ਪ੍ਰਕਾਰ ਸੇ ਆਨੰਦ ਮੰਗਲ ਜੈ ਜੈਕਾਰ ਖੁਸ਼ੀਆਂ ਕਿਹੜੇ ਬਖਸ਼ਣ ਮਹਾਰਾਜ ਮਹਾਰਾਜ ਨੂੰ ਖੁਸ਼ੀ ਲੱਗੇ ਰਹਾ ਸਿੱਖ ਪਰਿਵਾਰ ਵੀ ਪਾਵਨ ਗੋਈ ਅੰਦਰ ਪੰਚਾਂ ਅੰਮ੍ਰਿਤ ਅਤੇ ਰਾਕਸ਼ਾ ਦੇ ਸਦਗੀ ਹਾਜ਼ਰ ਕਿਰਪਾ ਕਰੋ ਆਪ ਜੀ ਤੋਂ ਭੋਗ ਲੱਗਾ ਭੋਗ ਲੱਗਾ ਸਿੱਖ ਪ੍ਰਸ਼ਾਦ ਸਰਵਾ ਸੰਗਤ ਤੋਂ ਵਰਤੇ ਜੋ ਉਦੇਸ਼ ਆਉਂਦਾ ਹੈ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਵਰਤੋਂ ਕਿਰਪਾ ਕਰੋ ਮਹਾਰਾਜ ਸਿੱਖ ਪਰਿਵਾਰ ਦੇ ਸੱਤੇ ਮੇਹਰ ਪ੍ਰਾਪਤਾਂ ਬਾਰ ਪਰਿਵਾਰ ਕੋਈ ਪਿਆਰ ਏਕਤਾ ਬਣਾਈ ਰੱਖਣ ਦਿਸ਼ਾ ਜਿਸਨੇ ਸਹਿਤਾ ਦੇ ਸਿੱਖੀ ਪਾਤਸ਼ਾਹ ਵਰਗੀਆਂ ਸੰਗਤਾਂ ਨੇ ਅੱਜ ਕਰਕੇ ਹਾਜ਼ਰੀ ਭਰੀ ਸਰਵਾ ਸੰਗਤ ਦੀ ਹਾਜ਼ਰੀ ਤੁਹਾਨੂੰ ਕਿਰਪਾ ਕਰ ਪ੍ਰਵਾਨ ਕਰੋ ਜ਼ਰੂਰ ਕਰੋ ਸਰਵਾ ਸੰਗਤਾਂ ਨੂੰ ਗੁਰਸਿੱਖੀ ਵਾਲਾ ਜੀਵਨ ਸ਼ੁਭ ਭਾਵਨਾ ਪੂਰੀਆਂ ਕਰੋ ਕਿਰਪਾ ਕਰੋ ਆਈਆਂ ਹੋਈਆਂ ਸੰਗਤਾਂ ਨੂੰ ਇਲਾਹੀ ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ਿਓ ਜੋ ਦਿਲ ਉੱਤੇ ਆਵੈ ਸੋ ਰਾਈ ਪਸੰਦ ਆਵੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਮੁਰੇ ਅਕਾਲ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਰੱਖ ਲਿਓ ਪੁਰਖ ਬਣੇ ਦੀ ਲਾਜ ਚਿੱਤੋ ਗੁਪਤੋ ਸ਼ੀਤੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਮਮ ਮੇਰੀ ਕਟੋ ਜਿਜ ਮੇਰੇ ਪਰਚਾਰ ਇਸ ਬੇਰੇ ਹੋਏ ਪਵ ਸੁਫਲ ਬਿਨ ਬੇਰੇ ਕਰ ਪਾਰ ਸੋ ਕਹੋ ਟਲ ਗੁਰ ਸੇਵੀਆ ਅਹਿਨਸ ਸਹਿਜ ਸੁਭਾਏ ਵਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਿਫਤ ਕੁਸਾਮ ਦੇ ਨੂਰ ਅਰਸੋਂ ਪੁਰਸੋਂ ਚੱਟਿਆ ਉਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ
ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਇਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਹਾਂਡ ਭਾਈ ਕਰਤਾਰੇ ਤਾਪ ਛੁੱਟ ਗਿਆ ਪਰਵਾਰੇ ਗੁਰ ਪੂਰਾ ਹੈ ਰੱਖੇ ਸਰਨ ਸੱਚੇ ਕੀ ਤਾਕੇ ਠਾਂਡ ਪਾਈ ਕਰਤਾਰੇ ਤਾਪ ਛੁੱਟ ਗਿਆ ਪਰਵਾਰੇ ਗੁਰ ਪੂਰਾ ਹੈ ਰੱਖੇ ਸ਼ਰਨ ਸੱਚੇ ਕੀ ਤਾਕੇ ਪਰਮੇਸ਼ੁਰ ਆਪ ਦੁਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੂਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਓ ਦਾਰੋ ਜਿਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਤਾਰੇ ਤਿਨ ਸਗਲੇ ਪਾਤ ਸਵਾਰੇ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੇ ਤਿਨ ਸਗਲੇ ਲਾਜ ਰਾਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਾਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਾਰਾ ਬੁਲਾਵੇ ਸੁਝਾਰ ਹੋ ਜਾਵੇ ਸਤਿ ਸ੍ਰੀ ਅਕਾਲ।